ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਬੜੇ ਤਨੋ ਮਨੋ ਸ਼ਰਧਾ ਅਤੇ ਭਾਵਨਾ ਦੇ ਨਾਲ ਇਹ ਸਾਰਾ ਸਮਾਗਮ ਜੋ ਕਿ 550 ਸਾਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਰੂਪ ਵਿੱਚ ਸਾਰਾ ਜਗਤ ਸਾਰਾ ਵਿਸ਼ਵ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵਸੇ ਲੋਕ ਗੁਰੂ ਸਾਹਿਬ ਜੀ ਦੇ ਕੋਟ ਆਸਰਾ ਲੈ ਕੇ ਗੁਰੂ ਨਾਨਕ ਦੇ ਗੁਣ ਗਾਇਨ ਕਰ ਰਹੇ ਹੋ। ਤੁਸੀਂ ਸਾਰੇ ਬੜੇ ਜੁੜ ਕੇ ਬੈਠੇ ਹੋ। ਰਸਨਾ ਉਚਰੰਤ ਨਾਮੰਗ ਸ਼ਰਵਨੰਗ ਸੁਨੰਤ ਸ਼ਬਦ ਅੰਮ੍ਰਿਤ ਹੈ। ਰਸਨਾ ਅਤੇ ਸ਼ਰਵਣ ਕੰਨ, ਇਹ ਦੋਨਾਂ ਦਾ ਬੜਾ ਰੋਲ ਹੈ ਜੀ। ਰਸਨਾ ਨਾ ਕੋਈ ਗਾਵੇ ਅਤੇ ਰਸਨਾ ਜੋ ਜਪੇ ਅਤੇ ਕੰਨ ਸੁਣਨ, ਅਤੇ ਜੇ ਰਸਨਾ ਜਪੇ ਅਤੇ ਕੰਨ ਸੁਣ ਨਹੀਂ ਨਾ ਤਾਂ ਫਿਰ ਕਿਸ ਕੈਸੀ ਬਾਤ ਹੋਵੇਗੀ। ਰਸਨਾ ਜਪੇ ਅਤੇ ਕੰਨ ਸੁਣ ਨਹੀਂ ਨਾ ਤਾਂ ਫਿਰ ਤਾਂ ਕੋਈ ਗੱਲ ਬਣੀ ਨਾ। ਰਸਨਾ ਨੂੰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਵੀ ਆਦਤ ਬਣ ਗਈ। ਪੈਰਾਂ ਨੂੰ ਗੱਡੀ ਚਲਾਉਣ ਦੀ ਆਦਤ ਬਣ ਗਈ। ਅਸੀਂ ਗੇਅਰ ਵੀ ਪਾਉਂਦੇ ਹਾਂ, ਸਟੇਅਰਿੰਗ ਵੀ ਫੜਦੇ ਹਾਂ, ਸਭ ਕੁਝ ਕਲੱਚ ਗੇਅਰ ਬਦਲਦੇ ਹਾਂ, ਕਿਤੇ ਤਾਂ ਕਿਤੇ ਪਹੁੰਚ ਜਾਂਦੇ ਅਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਗੱਡੀ ਚਲਾ ਰਹੇ ਹਾਂ। ਕੋਈ ਪਤਾ ਨਹੀਂ ਗੱਡੀ ਚੱਲ ਰਹੀ ਹੈ, ਕਈ ਸ਼ਹਿਰਾਂ 'ਚੋਂ ਲੰਘ ਜਾਈਦਾ ਹੈ ਅਤੇ ਕਈ ਵਾਰ ਤਾਂ ਇੰਝ ਕਹੀਦਾ ਕਿਹੜੇ ਕਿਹੜੇ ਸ਼ਹਿਰ ਲੰਘ ਗਏ, ਪਤਾ ਹੀ ਨਹੀਂ ਗੱਡੀ ਚੱਲ ਰਹੀ ਹੈ। ਇਸੇ ਤਰ੍ਹਾਂ ਸਾਡੀ ਰਸਨਾ ਦੀ ਇੱਕ ਗੱਡੀ ਚੱਲ ਰਹੀ ਹੈ ਜੀ, ਬਾਣੀ ਦੀ।
ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ। ਕਈ ਵਾਰੀ ਤੁਸੀਂ ਤੱਕਿਆ ਹੋਵੇਗਾ ਕਿ ਸਾਰਾ ਜਪਜੀ ਸਾਹਿਬ ਕਈ ਵਾਰ ਪੂਰਾ ਹੋ ਜਾਂਦਾ, ਰਹਿ ਰਸ ਸਾਰੀ ਲੰਘ ਜਾਂਦੀ ਹੈ, ਰਸਨਾ ਜਪ ਰਹੀ ਹੈ, ਧਿਆਨ ਨਹੀਂ ਹੈ ਅਤੇ ਪਤਾ ਨਹੀਂ ਲੱਗਾ ਅਤੇ ਖੁਦ ਬ ਖੁਦ ਆਪ ਹੀ ਕਹਿ ਦੇਈਦਾ ਅੱਜ ਸਾਰਾ ਪਾਠ ਸਮਾਪਤ ਹੋ ਗਿਆ ਅਤੇ ਸੁਣਿਆ ਕਿੰਨੇ ਕੀਤਾ ਕਿੰਨੇ ਪਤਾ ਹੀ ਨਹੀਂ। ਰਸਨਾ ਨੇ ਪਾਠ ਕਰ ਦਿੱਤਾ, ਕੰਨਾਂ ਨੇ ਸੁਣਿਆ ਹੀ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਜੇ ਰਸਨਾ ਜਪੇ ਅਤੇ ਕੰਨ ਸੁਣਨ ਤਾਂ ਫਿਰ ਤਾਂ ਗੱਲ ਬਣਦੀ ਹੈ। ਕਈ ਵਾਰੀ ਅਸੀਂ ਇੱਕ ਗੱਲ ਕਰੀਏ ਅਤੇ ਦੂਸਰਾ ਗੁਰਮੁਖ ਪਿਆਰਾ ਸੁਣਦਾ ਹੋਵੇ ਅਤੇ ਉਹ ਕਈ ਵਾਰੀ ਕਹਿ ਦਿੰਦਾ ਇਹ ਗੱਲ ਦੁਬਾਰਾ ਦੱਸੀ ਜਰਾ, ਮੈਨੂੰ ਸੁਣੀ ਨਹੀਂ। ਉਹ ਕਹਿੰਦਾ ਮੈਂ ਤਾਂ ਗੱਲ ਪੂਰੀ ਕਰ ਦਿੱਤੀ ਹੈ। ਉਹ ਕਹਿੰਦੇ ਨਹੀਂ ਧਿਆਨ ਹੀ ਨਹੀਂ ਸੀ। ਅਤੇ ਧਿਆਨ ਕਿੱਥੇ ਸੀ? ਕਹਿੰਦੇ ਧਿਆਨ ਘਰ ਵਿੱਚ ਸੀ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਚਲੇ ਗਏ ਮਸੀਤ ਵਿੱਚ ਅਤੇ ਕਾਜ਼ੀ ਨੂੰ ਅਤੇ ਬਾਦਸ਼ਾਹ ਨੂੰ ਧਿਆਨ ਦੀਆਂ ਗੱਲਾਂ ਦੱਸਣ ਲੱਗੇ। ਕਹਿੰਦੇ ਸਾਡੇ ਨਾਲ ਜੇ ਤੁਸੀਂ ਪਿਆਰ ਕਰਦੇ ਹੋ, ਮੁਸਲਮਾਨ ਆਖਣ ਲੱਗੇ ਸਾਡੇ ਨਾਲ ਤੁਸੀਂ ਪਿਆਰ ਕਰਦੇ ਹੋ, ਹਿੰਦੂਆਂ ਦੇ ਤੁਸੀਂ ਪੀਰ ਹੋ, ਹਿੰਦੂਆਂ ਦੇ ਤੁਸੀਂ ਅਵਤਾਰ ਹੋ ਅਤੇ ਅਸੀਂ ਵੀ ਤੁਹਾਨੂੰ ਪੀਰਾਂ ਦੇ ਪੀਰ ਮੰਨਦੇ ਹਾਂ ਅਤੇ ਜੇ ਤੁਸੀਂ ਸਾਡੇ ਨਾਲ ਖਲਕਤ ਸਾਡੀ ਨਾਲ ਪਿਆਰ ਕਰਦੇ ਹੋ ਤਾਂ ਸਾਡੇ ਨਾਲ ਚੱਲੋ ਮਸੀਤ ਵਿੱਚ ਨਮਾਜ਼ ਪੜ੍ਹੋ। ਜੇ ਤੁਸੀਂ ਸਾਂਝਾ ਮੰਨਦੇ ਧਰਮ ਤਾਂ ਅਤੇ ਸੱਚੇ ਪਾਤਸ਼ਾਹ ਕਹਿੰਦੇ ਚਲੋ ਤੁਹਾਡੇ ਨਾਲ ਨਮਾਜ਼ ਪੜ੍ਹ ਲੈਂਦੇ ਹਾਂ। ਅਤੇ ਨਮਾਜ਼ ਪੜ੍ਹਨ ਚਲੇ ਗਏ ਅਤੇ ਕਹਿੰਦੇ ਸੁਲਤਾਨਪੁਰ ਦੇ ਲੋਕ ਆਖਣ ਲੱਗੇ ਅੱਜ ਨਾਨਕ ਮਸੀਤ ਗਿਆ ਹੈ, ਅੱਜ ਨਾਨਕ ਜੀ ਮਸੀਤ ਚਲੇ ਗਏ। ਕੰਨੋ ਕੰਨੀ ਗੱਲਾਂ ਹੋਣ ਲੱਗ ਪਈਆਂ ਕਿ ਨਾਨਕ ਮਸੀਤ ਚਲੇ ਗਿਆ, ਕੀ ਹੋਵੇਗਾ, ਕੀ ਕਰੇਗਾ, ਨਮਾਜ਼ ਪੜ੍ਹਨ ਲੱਗ ਪੈਣਗੇ, ਕਿਸ ਤਰ੍ਹਾਂ ਨਮਾਜ਼ ਪੜ੍ਹਨਗੇ। ਅਤੇ ਕਹਿੰਦੇ ਲੋਕ ਗਲੀਆਂ ਦੇ ਵਿੱਚੋਂ ਇਕੱਠੇ ਹੋ ਕੇ ਮਸੀਤ ਵੱਲ ਨੂੰ ਤੁਰ ਪਏ ਵੀ ਚਲੋ ਚੱਲੀਏ, ਅੱਜ ਨਾਨਕ ਨੇ ਨਮਾਜ਼ ਪੜ੍ਹਨੀ ਆ, ਵੇਖਦੇ ਕਿੱਦਾਂ ਪੜ੍ਹਦਾ, ਅੱਜ ਨਾਨਕ ਨਮਾਜ਼ ਕਿੱਦਾਂ ਪੜ੍ਹੇਗਾ ਵੇਖੀਏ। ਸਾਰੇ ਮੁਸਲਮਾਨ ਹੋਰ ਹਿੰਦੂ ਵੀਰ ਸਾਰੇ ਆਂਢੀ ਗੁਆਂਢੀ ਪੜੋਸ ਵਾਲੇ ਸਾਰੇ ਇਕੱਠੇ ਹੋ ਕੇ ਮਸੀਤ ਲਾਗੇ ਚਲੇ ਅਤੇ ਗੁਰੂ ਨਾਨਕ ਸਾਹਿਬ ਜੀ ਗਏ ਅਤੇ ਕਾਜ਼ੀ ਬਹਿ ਗਿਆ, ਬਾਦਸ਼ਾਹ ਬਹਿ ਗਿਆ, ਹੋਰ ਮੁਸਲਮਾਨ ਬਹਿ ਗਏ ਅਤੇ ਨੇਤਰ ਮੁੰਦੇ ਅਤੇ ਕਾਜ਼ੀ ਨੇ ਅਤੇ ਬਾਦਸ਼ਾਹ ਨੇ ਧਿਆਨ ਧਰਿਆ ਜਦੋਂ ਮਾੜਾ ਜਿਹਾ ਅਤੇ ਗੁਰੂ ਨਾਨਕ ਸਾਹਿਬ ਵੱਲ ਤੱਕਿਆ ਹੀ ਨਹੀਂ ਅਤੇ ਜਦੋਂ ਅੱਖ ਪੁੱਟ ਕੇ ਵੇਖਿਆ ਤਾਂ ਗੁਰੂ ਨਾਨਕ ਸਾਹਿਬ ਜੀ ਅਡੋਲ ਬੈਠੇ ਅਤੇ ਧਿਆਨ ਲੱਗਿਆ ਹੋਇਆ ਅਤੇ ਕਾਜ਼ੀ ਤੋਬਾ ਕਰਦਾ ਪਿਆ, ਨੱਕ ਰਗੜਦਾ ਪਿਆ, ਕਈ ਕੁਛ ਅੱਲਾ ਦੇ ਬਾਰੇ ਮੁੱਖ ਤੋਂ ਰਸਨਾ ਤੋਂ ਕਹਿੰਦਾ ਪਿਆ ਅਤੇ ਆਖਣ ਲੱਗਾ, ਨਮਾਜ਼ ਸਮਾਪਤ ਹੋਈ, ਆਖਣ ਲੱਗਾ ਨਾਨਕ ਜੀ ਤੁਸੀਂ ਪੀਰਾਂ ਦੇ ਪੀਰ ਹੋ, ਪੈਗੰਬਰ ਹੋ, ਰਾਏ ਬੁਲਾੜ ਤੁਹਾਡੇ ਚਰਨਾਂ 'ਤੇ ਡਿੱਗਦਾ ਹੈ, ਤੁਸੀਂ ਸਾਡੇ ਧਰਮ ਦੇ ਨਾਲ ਪਿਆਰ ਨਹੀਂ ਕਰਦੇ। ਉਹ ਆਖਣ ਲੱਗੀ ਕੀ ਗੱਲ ਹੋ ਗਈ? ਆਖਣ ਲੱਗੀ ਜੀ ਅਸੀਂ ਨਮਾਜ਼ ਪੜ੍ਹੀ ਹੈ, ਕਾਜ਼ੀ ਨੇ ਪੜ੍ਹੀ ਹੈ, ਮੈਂ ਪੜ੍ਹੀ ਹੈ, ਬਾਦਸ਼ਾਹ ਕਹਿੰਦਾ ਸਾਰਿਆਂ ਨੇ ਨਮਾਜ਼ ਪੜ੍ਹੀ ਹੈ, ਤੁਸੀਂ ਇਹ ਗੱਲ ਕਹਿ ਕੇ ਆਏ ਜੋ ਕਿ ਨਮਾਜ਼ ਪੜ੍ਹਾਂਗਾ, ਪਰ ਤੁਸੀਂ ਤਾਂ ਨਮਾਜ਼ ਪੜ੍ਹੀ ਕੋਈ ਨਹੀਂ, ਤੁਸੀਂ ਰਸਨਾ ਹਿਲਾਈ ਕੋਈ ਨਹੀਂ, ਇੱਕ ਵਾਰ ਵੀ ਅੱਲਾ ਤਾਲਾ ਦੇ ਅੱਗੇ ਤੁਸੀਂ ਕੁਝ ਆਖਿਆ ਹੀ ਨਹੀਂ ਸਾਡੇ ਵੱਲ, ਜਿਸ ਤਰ੍ਹਾਂ ਅਸੀਂ ਕੁਛ ਕਹਿ ਰਹੇ ਸਾਂ ਤੁਸੀਂ ਵੀ ਕਹੀ ਜਾਂਦੇ, ਜਿਸ ਤਰ੍ਹਾਂ ਅਸੀਂ ਗੋਡੇ ਨੱਕ ਰਗੜਦੇ ਪਏ ਸਾਡੇ ਉਹ ਤੁਸੀਂ ਵੀ ਕਹੀ ਜਾਂਦੇ, ਤੁਸੀਂ ਤਾਂ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠੇ ਰਹੇ, ਕੁਛ ਨਹੀਂ, ਸਰੀਰ ਨੂੰ ਹਿਲਜੁਲ ਕੁਛ ਕੀਤੀ ਨਹੀਂ, ਨਮਾਜ਼ ਦਾ ਤਕੀਆ ਕਲਾਮ ਤੁਸੀਂ ਵਰਤਿਆ ਹੀ ਨਹੀਂ, ਕੀ ਕਾਨੂੰਨ ਅਸੂਲ ਹੈ ਉਹ ਤੁਸੀਂ ਕੀਤਾ ਹੀ ਨਹੀਂ, ਅਤੇ ਸਾਨੂੰ ਲੱਗਦਾ ਕਿ ਤੁਸੀਂ ਨਮਾਜ਼ ਨਹੀਂ ਪੜ੍ਹੀ, ਸਾਡੇ ਧਰਮ ਨਾਲ ਪਿਆਰ ਨਹੀਂ ਕਰਨਾ। ਸੱਚੇ ਪਾਤਸ਼ਾਹ ਸਾਰੀਆਂ ਗੱਲਾਂ ਸੁਣ ਕੇ ਆਖੇ ਕਾਜ਼ੀ ਅਸੀਂ ਤਾਂ ਨਮਾਜ਼ ਪੜ੍ਹ ਲਈ ਹੈ। ਆਖਣ ਲੱਗੇ ਗੱਲ ਸੁਣ ਕਾਜ਼ੀਆ, ਕੱਚਿਆ ਨਮਾਜ਼ੀ ਆ, ਤੂੰ ਤਾਂ ਨਮਾਜ਼ੀ ਕੱਚਾ। ਆਖਣ ਲੱਗੇ ਤੂੰ ਕੱਚਾ ਨਮਾਜ਼ੀ ਆ। ਜਦੋਂ ਕੱਚਾ ਕਹਿ ਤਾਂ ਜ਼ਮੀਨ ਪੈਰਾਂ ਥੱਲੋਂ ਕਾਜ਼ੀ ਦੇ ਨਿਕਲ ਗਈ, ਮੈਂ ਕੱਚਾ ਨਮਾਜ਼ੀ ਹਾਂ। ਉਹ ਆਖਣ ਲੱਗੇ ਜੀ ਮੈਂ ਤਾਂ ਰੋਜ਼ ਨਮਾਜ਼ ਪੜ੍ਹਦਾ, ਜ਼ਿੰਦਗੀ ਲੰਘ ਗਈ ਨਮਾਜ਼ ਪੜ੍ਹਦਿਆਂ। ਕਹਿੰਦੇ ਗੱਲ ਸੁਣ ਕਾਜ਼ੀ ਆ, ਕੱਚਿਆ ਨਮਾਜ਼ੀ ਆ, ਸਿੱਖਣਾ ਤਰੀਕਾ ਜੇ ਨਮਾਜ਼ ਦਾ ਪਹਿਲਾਂ ਉਹਨੂੰ ਦਿਲ ਸੌਂਪ ਲੈ। ਕਹਿੰਦੇ ਪਹਿਲਾਂ ਦਿਲ ਭੇਟ ਕਰ, ਮਨ ਭੇਟ ਕਰ। ਉਹ ਆਖਣ ਲੱਗਾ ਜੀ ਮਨ ਤਾਂ ਮੇਰਾ ਅਰਪਣ ਹੀ ਰਹਿੰਦਾ ਹੈ, ਮੈਂ ਤਾਂ ਮਨ ਭੇਟ ਕਰਦਾ ਹਾਂ। ਲੱਗਾ ਬਹਾਨੇ ਲਾਉਣ ਅਤੇ ਸਤਿਗੁਰ ਆਖਣ ਲੱਗੇ ਕਾਜ਼ੀ ਨਮਾਜ਼ ਤਾਂ ਤੂੰ ਇੱਥੇ ਪੜ੍ਹਦਾ ਸਾ, ਸਰੀਰ ਤੇਰਾ ਇੱਥੇ ਸੀ ਪਰ ਤੇਰਾ ਧਿਆਨ ਨਹੀਂ ਸੀ ਇੱਥੇ, ਧਿਆਨ ਤੇਰਾ ਕਿੱਥੇ ਸੀ? ਕਾਜ਼ੀ ਨੂੰ ਆਖਿਆ ਕਾਜ਼ੀ ਤੇਰਾ ਧਿਆਨ ਸੀ ਕਿ ਘਰ ਵਿੱਚ ਘੋੜੀ ਸੂਈ ਹੈ ਅਤੇ ਖੂਹ ਦੇ ਵਿੱਚ ਕਿਤੇ ਵਛੇਰੀ ਨਾ ਡਿੱਗ ਪਵੇ, ਹੈ ਸੀ ਨਾ ਤੇਰਾ ਧਿਆਨ ਉੱਥੇ। ਬੜਾ ਹੈਰਾਨ ਹੋ ਗਿਆ, ਇਹ ਦਿਲ ਦੀ ਗੱਲ, ਇਹ ਮਨ ਦੀ ਗੱਲ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਈ? ਸੋਚ ਲੱਗ ਪਿਆ। ਆਖਣ ਲੱਗਾ ਕਿ ਜੇ ਜੀ ਮੇਰਾ ਮਨ ਧਿਆਨ ਕਿਤੇ ਘਰ ਵੱਲ ਚਲ ਗਿਆ
ਤਾਂ ਬਾਦਸ਼ਾਹ ਦਾ ਤਾਂ ਮਨ ਜੁੜਿਆ ਸੀ ਨਾ, ਬਾਦਸ਼ਾਹ ਵੱਲ ਵੇਖ ਕੇ ਪੜ੍ਹ ਲੈਂਦੇ, ਬਾਦਸ਼ਾਹ ਦਾ ਤਾਂ ਮਨ ਜੁੜਿਆ ਸੀ। ਆਖਣ ਲੱਗੇ ਬਾਦਸ਼ਾਹ ਨੂੰ, ਕਾਜ਼ੀ ਪੁੱਛ ਇਹਦਾ ਮਨ ਕਿੱਥੇ ਸੀ। ਸਤਿਗੁਰ ਆਖਣ ਲੱਗੇ, ਬਾਦਸ਼ਾਹ ਨਮਾਜ਼ ਤਾਂ ਤੂੰ ਇੱਥੇ ਪੜ੍ਹਦਾ ਸੀ, ਪਰ ਲਾਹੌਰ ਦੇ ਬਾਜ਼ਾਰਾਂ ਵਿੱਚ ਘੋੜੇ ਖਰੀਦਦਾ ਸੀ, ਬੜੀ ਚੰਗੇ ਚੰਗੇ ਨਸਲਾਂ ਦੇ ਘੋੜਿਆਂ ਵੱਲ ਧਿਆਨ ਸੀ। ਹੈ ਧਿਆਨ? ਜਦੋਂ ਇਹ ਗੱਲਾਂ ਦਿਲ ਦੀਆਂ ਬੁੱਝੀਆਂ ਤੇ ਚਰਨਾਂ ਤੇ ਟੱਠ ਗਏ, ਚਰਨਾਂ ਤੇ ਡਿੱਗ ਪਏ, ਤੋਬਾ ਕੀਤੀ, ਨੱਕ ਰਗੜਾ, ਅੱਲਾਹ ਤਾਲਾ ਤੂੰ ਹੈ, ਖੁਦਾ ਦਾ ਰੂਪ ਤੂੰ ਹੈ, ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਗਤ ਦਾ ਉਧਾਰ ਕਰਨ ਆਏ। ਤੇ ਸਤਿਸੰਗ ਜੀ ਆ ਰਾਗ ਸੋਰਠ ਆਰੰਭ ਕਰਨ ਲੱਗੇ ਨੇ। ਪਹਿਲਾ ਰਾਗ ਸੋਰਠ ਹੈ ਤੇ ਸੋਰਠ ਦਾ ਵਕਤ ਹੋ ਗਿਆ ਜੇ, ਤੇ ਸੋਰਠ ਆ ਬੜੇ ਪਿਆਰ ਨਾਲ ਸਰਵਣ ਕਰੋ। ਤੇ ਸ਼ਬਦ ਹੈ ਜੀ ਚਾਰ ਹਿੱਸਿਆਂ ਦੇ ਵਿੱਚ। ਸੋਠ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਦੁਨਿਆਵੀ ਜੀ ਲੋਕਾਂ ਨੂੰ ਇੰਝ ਸਮਝਾਉਂਦੇ ਹਨ, ਕੀ ਆਖਦੇ ਹਨ ਜੀ। ਸੋਠ ਮਹੱਲਾ ਪਹਿਲਾ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੁਝੇ ਕੋਈ, ਮਨ ਹਾਲੀ ਕਿਰਸਾਣੀ ਕਰਨੀ। ਪਹਿਲਾ ਹਿੱਸਾ ਸ਼ਬਦ ਦਾ ਇਹ ਹੈ ਵੀ ਕਿਰਸਾਣੀ ਕਿੱਦਾਂ ਕਰਨੀ, ਕਿਉਂਕਿ ਸੱਚੇ ਪਾਤਸ਼ਾਹ ਸਾਰਾ ਕੁਝ ਕਰਕੇ ਵੇਖ ਲਿਆ ਸੀ, ਖੇਤੀ ਕੀਤੀ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਇਹ ਗੱਲ ਸੱਚੇ ਪਾਤਸ਼ਾਹ ਸਮਝਾਉਂਦੇ ਹਨ। ਫਿਰ ਦੂਸਰੀ ਬਾਤ ਆ ਗਈ, ਹਾਣ ਹੱਟ ਕਾ ਆਰ ਜਾ ਸੱਚ ਨਾਮ ਕਰ ਵੱਤ, ਹੱਟੀ ਕਿੱਦਾਂ ਪਾਉਣੀ, ਹੱਟੀ ਕਿੱਦਾਂ ਚਲਾਉਣੀ ਹੈ, ਕਿਉਂਕਿ ਗੁਰੂ ਸਾਹਿਬ ਨੇ ਹੱਟੀ ਵੀ ਕੀਤੀ ਨਾ, ਹੱਟ ਖੋਲਿਆ। ਅਤੇ ਫਿਰ ਤੀਸਰਾ ਹਿੱਸਾ ਜਿਹੜਾ ਸ਼ਬਦ ਆ ਬੜਾ ਪਿਆਰਾ, ਸੁਣ ਸਾਸਤ ਸੌਦਾਗਰੀ ਸੱਤ ਘੋੜੇ ਚੱਲ ਮਹਿਤਾ ਕਲਿਆਣ। ਪਿਤਾ ਜੀ ਨੇ ਆਖਿਆ ਸੀ ਆਹ ਲੈ 20 ਰੁਪਈਆ ਤੇ ਚੰਗਾ ਵਣਜ ਵਪਾਰ ਕਰਕੇ ਆਵੀਂ, ਚੰਗਾ ਪੈਸਾ ਦੇ ਦਿੱਤਾ, 20 ਰੁਪਈਏ ਬਹੁਤ ਜ਼ਿਆਦਾ ਹੁੰਦੇ ਹਨ। ਸੱਚੇ ਪਾਤਸ਼ਾਹ ਜੀ ਨੇ ਬਹੁਤ ਦਿਨ ਲੰਗਰ ਲਾਇਆ, ਰੇਜੇ ਦਿੱਤੇ, ਕੱਪੜਾ ਦਿੱਤਾ, ਚੂੜਕਾਣੇ ਮੰਡੀ, ਅਸੀਂ ਪਾਕਿਸਤਾਨ ਜਦੋਂ ਗਏ ਤੇ ਚੂੜਕਾਣੇ ਮੰਡੀ ਵਿੱਚ ਵੀ ਗਏ, ਜਿੱਥੋਂ ਗੱਡੇ ਭਰ ਭਰ ਕੇ ਰਾਸ਼ਨ ਦੇ ਸਤਿਗੁਰ ਲਿਆਉਂਦੇ ਸਨ, ਅਤੇ ਰਾਸ਼ਨ ਦੇ ਗੱਡੇ ਭਰ ਕੇ ਨਾਲ ਕੱਪੜਾ ਲੀੜਾ ਲੱਤਾ ਸਾਰਾ, ਅਤੇ ਨਾਲ ਪੈਸੇ ਵੀ ਦਿੰਦੇ ਸਨ ਰੱਖ ਰੱਖ ਕੇ ਸਾਧੂਆਂ ਨੇ। ਅਤੇ ਬੜੇ ਦਿਨ ਲੰਗਰ ਲੱਗਾ ਰਿਹਾ, ਇੱਕ ਸਾਧੂ ਨੇ ਪਤਾ ਨਹੀਂ ਹਜ਼ਾਰਾਂ ਹੀ ਉੱਥੇ ਆ ਗਏ, ਜਦੋਂ ਪਤਾ ਲੱਗਣ ਲੱਗ ਪਿਆ ਵੀ ਇੱਥੇ ਕੋਈ ਆਇਆ ਨਾਨਕ ਨਾਮ ਦਾ ਫਕੀਰ, ਉਹ ਇਹ ਪੈਸੇ ਵੰਡ ਰਿਹਾ, ਲੰਗਰ ਲੱਗ ਰਹੇ ਹਨ, ਕੱਪੜਾ ਦੇ ਰਿਹਾ, ਸੂਟ ਵੰਡ ਰਹੇ ਹਨ। ਤਾਂ ਸਤਿਸੰਗ ਜੀ ਇਹ ਸਾਰਾ ਦਾ ਐਸਾ ਵਣਜ ਕੀਤਾ, ਐਸਾ ਵਪਾਰ ਕੀਤਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚ ਦਾ ਵਪਾਰ ਗੁਰੂ ਨਾਨਕ ਸਾਹਿਬ ਜੀ ਕੀਤਾ, ਅਤੇ ਦੁਨਿਆਵੀ ਲੋਕਾਂ ਨੂੰ ਇੰਝ ਸਮਝਾਉਂਦੇ ਹਨ ਇਸ ਸ਼ਬਦ ਦੇ। ਅੱਗੇ ਆ ਗਈ ਗੱਲ ਅਖੀਰ 'ਤੇ, ਲਾਏ ਚਿੱਤ ਕਰ ਚਾਕਰੀ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਚਾਕਰ ਹੋਏ ਨਾ, ਜਦੋਂ ਇੱਥੇ ਸੁਲਤਾਨਪੁਰ ਲੋਧੀ ਅਤੇ ਮੋਦੀਖਾਨਾ ਸਾਰਾ ਲੁਟਾ ਦਿੱਤਾ, ਇੱਥੇ ਚਾਕਰੀ ਕੀਤੀ ਬਾਦਸ਼ਾਹ ਦੀ ਚਾਕਰੀ। ਅਤੇ ਉਹ ਗੱਲ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੰਮ ਕੀਤੇ ਹਨ ਦੁਨਿਆਵੀ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਵੀ ਕੰਮ ਕਰਨਾ ਤਾਂ ਕਿਸ ਤਰ੍ਹਾਂ ਕਰਨਾ, ਹੱਟੀ ਪਾਉਣੀ ਤਾਂ ਕਿੱਦਾਂ ਪਾਉਣੀ, ਜੇ ਕਿਰਸਾਣੀ ਕਰਨੀ ਤਾਂ ਕਿੱਦਾਂ ਕਰਨੀ, ਅਤੇ ਜੇ ਵਣਜ ਵਪਾਰ ਕਰਨਾ ਤਾਂ ਕਿਵੇਂ ਕਰਨਾ। ਆਓ ਜੀ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਆਨੰਦ ਲਓ, ਮਨ ਜੋੜਿਓ। ਗੱਲ ਰਹਿ ਗਈ ਸੀ ਜੀ ਰਸਨਾ ਉਚਰੰਤ ਸ਼ਰਵਨ ਸੁਨੰਤ ਸ਼ਬਦ ਅੰਮ੍ਰਿਤ ਹੈ, ਨਾਨਕ ਤਿੰਨ ਸਦ ਬਲਿਹਾਰੰ ਜਿੰਨਾ ਧਿਆਨ ਪਾਰ ਬ੍ਰਹਮਣੇ। ਨੁਕਤੇ 'ਤੇ ਗੱਲ, ਸੱਚੇ ਪਾਤਸ਼ਾਹ ਕਹਿੰਦੇ ਰਸਨਾ ਨਾਲ ਜਪੋ, ਰਸਨਾ ਉਚਰੰਤ ਨਾਮੰਗ, ਰਸਨਾ ਦੇ ਨਾਮ ਜਪੋ ਉਚਰੋ, ਰਸਨਾ ਉਚਰੰਤ ਨਾਮੰਗ ਸ਼ਰਵਨ ਸੁਨੰਤ ਸ਼ਬਦ ਅੰਮ੍ਰਿਤ ਹੈ। ਅਤੇ ਰਸਨਾ ਦੇ ਨਾਲ ਜਪੋ ਅਤੇ ਕੰਨਾਂ ਦੇ ਨਾਲ ਸੁਣੋ। ਅਤੇ ਕਹਿੰਦੇ ਜਦੋਂ ਕੰਨਾਂ ਨਾਲ ਸੁਣੋਗੇ ਤਾਂ ਗੱਲ ਇੱਥੇ ਨਹੀਂ ਮੁੱਕ ਜਾਂਦੀ ਵੀ ਰਸਨਾ ਨਾਲ ਜਪ ਲਿਆ ਅਤੇ ਕੰਨਾਂ ਨਾਲ ਸੁਣ ਲਿਆ ਅਤੇ ਗੱਲ ਮੁੱਕ ਗਈ। ਸਤਿਗੁਰੂ ਕਹਿੰਦੇ ਇਸ ਤੋਂ ਅੱਗੇ ਕੀ ਹੈ? ਇੱਥੋਂ ਅੱਗੇ ਹੈ ਜੀ ਰਸਨਾ ਉਚਰੰਤ ਨਾਮੰਗ ਸ਼ਰਵਨੰ ਸੁਨੰਤ ਸ਼ਬਦ ਅੰਮ੍ਰਿਤ ਹੈ, ਨਾਨਕ ਤਿੰਨ ਸਦ ਬਲਿਹਾਰੰ ਜਿੰਨਾ ਧਿਆਨ ਪਾਰ ਬ੍ਰਹਮਣ। ਬਸ ਉਹਨਾਂ ਤੋਂ ਸਤਿਗੁਰੂ ਕਹਿੰਦੇ ਮੈਂ ਬਲਿਹਾਰ ਹਾਂ ਜਿਹੜੇ ਧਿਆਨੀ ਹਨ, ਜਿਹੜੇ ਧਿਆਨ ਲਾ ਕੇ ਗੱਲ ਨੂੰ ਸੁਣਦੇ ਹਨ ਅਤੇ ਧਿਆਨ ਲਾ ਕੇ, ਧਿਆਨ ਤੋਂ ਬਿਨਾਂ ਗੱਲ ਕਿਤੇ ਨਹੀਂ। ਜੋ ਹੁਣ ਹੁਕਮਨਾਮਾ ਹੋਵੇ ਅਤੇ ਕਈ ਵਾਰੀ ਸਾਰਾ ਹੁਕਮਨਾਮਾ ਹੋ ਜਾਂਦਾ ਹੈ ਅਤੇ ਅਖੀਰਲੀ ਪੰਕਤੀ ਸੁਣਦੇ ਕਈ, ਆਹ ਗੁਰਮੁਖ ਪਿਆਰੇ ਆਹ ਚਾਰੇ ਦੇ ਚਾਰੇ ਪੰਕਤੀਆਂ ਸ਼ਬਦ ਦੀਆਂ ਕੋਈ ਸੁਣੂਗਾ, ਨਹੀਂ ਤਾਂ ਸਾਰੇ ਸ਼ਬਦ ਦੇ ਵਿੱਚ ਕਿਸੇ ਨਾ ਕਿਸੇ ਪਾਸੇ ਧਿਆਨ ਚਲੇ ਜਾਣਾ ਅਤੇ ਪੰਕਤੀ ਨਿਕਲ ਜਾਣੀ। ਆਹ ਦੇਖਿਓ ਹੁਣੇ ਕੀਰਤਨ ਹੋਣਾ ਨਾ, ਸ਼ਬਦ ਪੜ੍ਹਨਾ ਅਤੇ ਪੂਰੀ ਦੀਆਂ ਪੂਰੀਆਂ ਪੰਕਤੀਆਂ ਕਿਸੇ ਨੇ ਸੁਣਨੀਆਂ, ਨਹੀਂ ਤਾਂ ਕਿਸੇ ਨੇ ਇੱਧਰ ਗੱਲ ਕਿ ਇੱਧਰ ਧਿਆਨ ਇੱਧਰ ਚਲ ਗਿਆ ਅਤੇ ਕੋਈ ਅੰਤਰਾ ਲੰਘ ਗਿਆ, ਕੋਈ ਪੰਕਤੀ ਲੰਘ ਗਈ, ਅਖੀਰ 'ਤੇ ਚਲ ਗਏ, ਚਲੋ ਜੀ ਹੁਣ ਪੂਰਾ ਹੋ ਗਿਆ ਅਤੇ ਫਿਰ ਕਿ ਦੂਸਰਾ ਸੁਣ ਲਾਂਗੇ। ਕਈ ਵਾਰੀ ਅਸੀਂ ਕਈ ਵਾਰ ਸੋਚਦੇ ਵੀ ਜਿਸ ਤਰ੍ਹਾਂ ਅਸੀਂ ਸ਼ਬਦ ਨਾਲ ਧਿਆਨ ਜੋੜ ਕੇ, ਕਿਉਂਕਿ ਸਾਨੂੰ ਫਿਕਰ ਹੁੰਦਾ
कि साडे कोई पंक्ति ना रह जावे। सानू फिक्र है, इस गल की चिंता है कि असी शब्द गाउण लगे साडे कोई पंक्ति ना रह जावे। तो तुहानू भी फिक्र होना चाहिए ना कि साडे भी पंक्ति ना रह जावे, कि भाई साहब जी इन्होंने गाउणी है तो साडी पंक्ति किदां रह जावे। तो जदों असी इस तरह बैठांगे तो फिर साडा ध्यान जिहड़ा है वह गुरु ग्रंथ साहिब के चरणों में लगा रहे जाए। काजी वांगू बादशाह वांगू भजेगा नहीं, घर नहीं जाएगा, इत्थे जोड़ छड्डो ध्यान नूं, एक एक पंक्ति सुनते चलो तो वेखते चलो भी अगली पंक्ति कि आनी जी, अगे कि आनी जी, वेट करो, इंतजार करो कीर्तन का, तो फिर स्वाद आता जी। तो आओ श्रवण करो जी, सुरठ राग गाइए, बड़ा प्यारा राग है, गुरु नानक साहब सच्चे पातशाह जी ने गा के दसिया मरदानिया छेड़ रबाब। असी सुरठ गाउण लगे, मरदानिया रबाब ते सुरठ दे पोटे लावी ते सुरठ वजा। ते मरदाना जो सुरठ राग वजाउंदा आनंद बन जाता, तो गुरु नानक साहब जी फिर सुरठ गाउंदे। सुरां उही है जी जिहड़ियां पहलां तो चलियां आ रही, बदल कोई नहीं। सुरठ दीआं सुरां जिहड़ियां ना अज तो 500 साल पहला, 1000 साल पहला, उस पुरानियां सुरां ही हन। सतयुग दे विच वी श्री राग गाया, द्वापर युग दे विच वी श्री राग गाया, त्रेतार युग दे विच वी श्री राग होया, तो फिर कलयुग दे विच वी श्री राग होया। तो गुरु नानक साहब ने श्री राग नूं तार दिता, तार दिता सच्चे पातशाह जी ने। आओ श्रवण करो जी। बाबा माया साथ ना बाबा
हाथ थोड़े लहर चले बाबा माया साथ ना होए इन माया जग मोह या बिरला बुझे कोई ये शब्द राग सोरख ते विच आप जी ने शर्म कीता है एक शब्द आओ सी रोज रह रास साहब दे विच पढ़दे हां जी वो शब्द बड़ा उपदेशक है ते प्रथाएं उचारन है ते आप शर्म करो जी आखा जीवा विसर मर
सच्चे पातशाह जी महाराज बच्चों के नाल खेडते खेडते एक मिनट की गल जी ध्यान देना जी बच्चों के नाल खेडते खेडते गुरु नानक सच्चे पातशाह तलवंडी तो दूर चले गए तलवंडी तो दूर ते दरख्तां दी छावें बच्चे खेडते खेडते वापस घरां नूं परतन वाले हो गए ते गुरु नानक साहिब सच्चे पातशाह जी उस दरख्त दे छावें बैठे ते समाधि विच लीन हो गए ते नेत्र बंद ते रसना तो जपी जान ते बच्चों ने देखा कि नानक तां समाधि ला के बह गया चलिए घरां नूं ते बाकी सारे बच्चे घरां नूं परताए ते वेड़े दे विचों जदों निकले ना ते माता तृप्ता ने पुछया कि बच्चे सारे आ गए नानक नज़र नहीं आ रहा बच्चों नूं आवाज दित्ती बेटा इधर आओ नानक कित्थे है वो कहिंदे माता जी नानक तां असीं आ गए हाँ ते नानक ते दूर जंगल विच बैठा है ते की करदा है कहिंदे माता जी समाधि लाई हुई है ते रसन दे नाल रसना दे नाल कुछ जपदा पिया है ते चौंकड़ा लगा लिया है हुण बचपन की अवस्था बाल अवस्था दे विच गुरु नानक देव समाधियां विच बहिंदे प्रभु नूं याद करदे माता कहिंदी सवेर दे भुख लगी होवेगी तुसीं सवेर दे गए हो सारे घर आ गए नानक नहीं आया ते भुखा प्यासा जंगल दे विच बैठा है ते चलो मैं मैनू लै के चलो ते मैं चला पुछा जाके की गल है हुण पुत्र दा ख्याल ते हुंदा ना माता नूं ते माता तृप्ता जी बच्चों नूं नाल लै के उस जंगल विच आ गए जिथे नानक जी बैठे आवाज़ दित्ती देखिया तकिया नानक जी बैठे आवाज़ दित्ती बेटा नानक की करदा पिया है नानक जी बोलन लगे सच्चे पातशाह गुरु नानक आखन लगे माता मैं तां इत्थे बैठा अपनी जिंदगी बना रहा है जिंदगी ते माता जी हैरान हुई जिंदगी जिंदगी कितना बनती है कहिंदे माता जी प्रभु का नाम जपन नाल जिंदगी बनती है जे मैं आखदा हाँ तो जीवदा हाँ जे विसर जाए तो मर जाना हाँ इस वास्ते आखा जीवा विसरे मर जाओ आखण औखा साचा ना जदों ये गल उचारण कर दिती असा महला पहला आखा जीवा माता जी आखा जीवा विसरे मर जाओ आखण औखा साचा ना ते माता जी आखन लगे चल उठ तेरे वास्ते मैं बड़े सुंदर पदार्थ बनाए हैं ते कर चल सवेर दी भुख लगी होगी उठ चल चलिए ते माता जी आखन लगे तेरे वास्ते मैं बड़े पदार्थ बनाए हैं ते आखन लगे माता इन्हां पदार्थां दी भुख खत्म हो गई है मिट गई है हुण भुख नहीं लगती ते माता जी आखन लगे फिर किस चीज़ की भुख लगती है कोई चीज़ ऐसी बनावा कोई होर तेरे मन पसंद बना दिनी है जिहड़ी तू आखे पुत्र उही चीज़ बना दिनी है तेनू किहड़े पदार्थां की भुख लगती दस आखन लगे हस पए कहिंदे माता जी साचे नाम की लागे भूख पुत भुखे खाए चलिए दुख सौ क्यों विसरे मेरी माए साचा साहब सच नाए ते आओ शरमण करो जी सारे जपियो जी Thank you.
ਫਾਰਸੀ ਦਾ ਬੜਾ ਜ਼ਰੂਰੀ ਹੈ ਕਿ ਇਸ ਵਾਸਤੇ ਕਿ ਜਿਸ ਤਰ੍ਹਾਂ ਆਹ ਸ਼ਬਦ ਸੁਣਿਆ ਤੁਸੀਂ ਮਾਤਾ ਜੀ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਇਹ ਸ਼ਬਦ ਉਚਾਰਨ ਕੀਤਾ ਇੱਕ ਸ਼ਬਦ ਅਸੀਂ ਪੜ੍ਹਨ ਲੱਗੇ ਹਾਂ ਮੌਲਵੀ ਕੋਲ ਜਦੋਂ ਫਾਰਸੀ ਪੜ੍ਹਨ ਵਾਸਤੇ ਮਾਤਾ ਪਿਤਾ ਨੇ ਭੇਜਿਆ ਕਿ ਫਾਰਸੀ ਪੜ੍ਹ ਲਓ ਫਾਰਸੀ ਪੁੱਤਰ ਫਾਰਸੀ ਪੜ੍ਹੋ ਮੌਲਵੀ ਕੋ ਜਾਇਆ ਕਰੋ ਅਤੇ ਮੌਲਵੀ ਕੁਤਬਦੀਨ ਫਾਰਸੀ ਪੜ੍ਹਾਉਣ ਲੱਗਾ ਜਦੋਂ ਲੱਗਾ ਪੜ੍ਹਾਉਣ ਤਾਂ ਸਤਿਗੁਰਾਂ ਨੇ ਅੱਗੋਂ ਪੜ੍ਹਾ ਦਿੱਤਾ ਮੌਲਵੀ ਨੂੰ ਅੱਗੋਂ ਪੜ੍ਹਾ ਦਿੱਤਾ ਅਤੇ ਕਿੱਡੀ ਹੈਰਾਨੀ ਦੀ ਗੱਲ ਹੈ ਜੀ ਜਦੋਂ ਕੋਈ ਬੱਚਾ ਪੜ੍ਹਨ ਜਾਵੇ ਸਕੂਲੇ ਤਾਂ ਮਾਸਟਰ ਤਾਂ ਪੜ੍ਹਾਉਂਦੇ ਹਨ ਅਤੇ ਜੇ ਕੋਈ ਮਾਸਟਰ ਨੂੰ ਪੜ੍ਹਾ ਆਵੇ ਅਤੇ ਮਾਸਟਰ ਪੈਰੀ ਪੈ ਜਾਵੇ ਤਾਂ ਇਹ ਹਾਰੀ ਸਾਰੀ ਦੇ ਪੈਰੀ ਨਹੀਂ ਪੈਂਦੇ ਜੀ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਆਪ ਨਾਨਕ ਨਾਰਾਇਣ ਸਾਰੀਆਂ ਵਿੱਦਿਆ ਦੇ ਮਾਲਕ ਸਭ ਗੁਣਾਂ ਦੇ ਖਜ਼ਾਨੇ ਸਭ ਸ਼ਕਤੀ ਦੇ ਦਾਤੇ ਉਸ ਸੰਸਾਰ 'ਤੇ ਅਵਤਾਰ ਧਾਰਿਆ ਇਸ ਵਾਸਤੇ ਉਹਨਾਂ ਨੇ ਆਹ ਫਾਰਸੀ ਦੇ ਵਿੱਚ ਮੌਲਵੀ ਨੂੰ ਆਹ ਕੁਝ ਸੁਣਾ ਦਿੱਤਾ ਅਤੇ ਮੌਲਵੀ ਚਰਨਾਂ 'ਤੇ ਢੱਠਾ ਅਤੇ ਮਹਿਤਾ ਕਲਿਆਣ ਜੀ ਨੂੰ ਜਾ ਕੇ ਆਖਣ ਲੱਗਾ ਕਿ ਫਾਰਸੀ ਕਿੱਥੋਂ ਸਿੱਖੀ ਹੈ ਕਿੱਥੋਂ ਪੜ੍ਹਿਆ ਹੈ ਇਹ ਤਾਂ ਬਹੁਤ ਕਮਾਲ ਇਹੋ ਜਿਹੀ ਫਾਰਸੀ ਤਾਂ ਮੇਰੇ ਮੁੱਖ ਤੋਂ ਕਦੇ ਨਹੀਂ ਨਿਕਲੀ ਅਜੇ ਤੱਕ ਮੈਂ ਇਹੋ ਜਿਹਾ ਕਦੀ ਫਾਰਸੀ ਦਾ ਉਚਾਰਨ ਨਹੀਂ ਕਰ ਸਕਿਆ ਜਿਹੜਾ ਉਚਾਰਨ ਨਾਨਕ ਨੇ ਕਰ ਦਿੱਤਾ ਹੈ ਅਤੇ ਮਰੀਦ ਬਣ ਗਿਆ ਮੌਲਵੀ ਚਰਨਾਂ 'ਤੇ ਢੱਠ ਗਿਆ ਕਹਿੰਦਾ ਮਹਿਤਾ ਕਲਿਆਣ ਜੀ ਪਟਵਾਰੀ ਸਾਹਿਬ ਕੱਲ੍ਹ ਨੂੰ ਇਹਨੂੰ ਬੱਚੇ ਨੂੰ ਮੇਰੇ ਕੋਲ ਨਾ ਘੱਲਿਓ ਇਸ ਵਾਸਤੇ ਇਹ ਤਾਂ ਪੜ੍ਹਿਆ ਹੈ ਇਹ ਸਾਰੀਆਂ ਵਿੱਦਿਆ ਦਾ ਮਾਲਕ ਹੈ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਤੁਸੀਂ ਸਾਰਿਆਂ ਨੇ ਦਰਸ਼ਨ ਕਰ ਲੈਣੇ ਆ ਤੱਕ ਲੈਣੇ ਦੇਖ ਲਿਓ ਪ੍ਰੋਜੈਕਟਰ 'ਤੇ ਚੱਲ ਰਿਹਾ ਹੈ ਸਰ ਰਾਗ ਤਲੰਗ ਅਤੇ ਗਾਉਂਦੇ ਗਾਉਂਦੇ ਅਖੀਰ 'ਤੇ 2 ਮਿੰਟ ਦੀ ਕਵਾਲੀ ਇਸ ਦੀ ਬਣਾਵਾਂਗੇ ਅਸੀਂ ਇਸੇ ਸ਼ਬਦ ਦੀ ਕਵਾਲੀ ਕਵਾਲੀ ਅੰਗ ਵੀ ਆਪ ਜੀ ਹੁਣੇ ਸੁਣਿਓ ਸਰਵਣ ਕਰੋ ਜੀ
समा तो पता नहीं शायद हो ही गया है, दस तो वज गए हैं, तो सानू तो इंज लगा भी जिदा हमने शुरू किया है तो अजे शब्द बड़े पढ़ने हैं, अजे बड़ा कुछ करना है। सिंघा ने आख्या कि एक दो शब्द सानू धन गुरु कलगीधर पातशाह जी सुनायो तो साथ दियो बैठे रहो। साडा मन करता कि तुहानू कीर्तन सुना दीए, नहीं तो रागी सिंह कई बार कह देंदे असीं जाना है जी, अगे जाना असीं थक गए हैं, पर मैं आप जी नूं सुना दीए कीर्तन थोड़ा जिहा होर। नदियां नाम संजोगी मेले जी समा बख्शिश करो बह जाओ, तो असीं आप जी नूं आ कवाली सुनाउण लगे हाँ, तो उस तो बाद एक दो शब्द कोशिश करांगे छोटे छोटे गाइए ता कि सवा के दस बजे तक समाप्ति करने का प्रोग्राम बनाने जी, जे हो सके तो समाप्ति। तो आओ सरवण करो जी, सरवण करो राग तलंग यक आद गोफ्तम पेश तो यक आद गोफ्तम पेश तो तर गोश कुन करता। देखो जी पंक्ति, हे प्रभु जी यक यक एक अर्ज मैं आप जी दे चरणा विच कर चाहूं, हे प्रभु जी हे करतार मेरी एक बेनती जरा कन ला के सुनियो, कन ला के आ जरा कन करियो ते तुहाडे मैं कन दे विच आ कुछ आखां। ते देखो जी कैसा कैसी शब्दावली ते कैसा अर्थ है। आ यक आद गोफ्तम पेश तो यक आद गोफ्तम पेश तो, ये सारे याद रखियो जी, इत्थे सुन के इत्थे ना छड़ जायो। शब्द तो बड़ा औखा पर तुसी इन्नी गल जरूर चेते रखियो कि आ भाई साहब जी बार बार गाउंदे सन यक यक अर्ज गुफ्तम पेश तो दरगोश कुन करतार। चेता रखियो, हो सकता कि गाँवदे गाँवदे तुहानू 10-15-20 बार कहनी आ ते चेते हो जावे, हो जानी चाहीदी है, क्योंकि एक बार कहीए तो दूजी बार हो जाती है, चार बार कहीए तो फिर हो जाती है, 10 बार कहनी है, 15 बार कहनी है, तो बार बार ये कहनी है, तो तुसीं सारे चेते रखियो, क्योंकि असी इत्थे कुछ याद करना, इत्थे कुछ सीखना आए हैं। यक आद गोफ्तम पेश तो यक आद गोफ्तम पेश तो दरगोश कुन करतार दरगोश कुन करतार। Thank you.
बदबخت हम तो बखील गाफल बे नजर बेबाक नानक बगुल दर्गोश कुंतता
ਹੱਕਾ ਕਬੀਰ ਕਬੀਰ ਤੂੰ ਬੇਐਬ ਪਰਵਦਗਾਰ। ਕਿਰਪਾਨ ਖੰਡੋ ਖੜਗ ਅਸ ਕਿਰਪਾਨ ਖੰਡੋ ਖੜਗ ਅਸ ਕਿਰਪਾਨ ਖੰਡੋ ਖੜਗ ਅਸ ਕਿਰਪਾਨ ਖੰਡੋ ਖੜਗ ਖੰਡੋ ਖੜਗ ਖੜਗ ਅਸ ਕਿਰਪਾਨ ਖੰਡੋ ਖੜਗ ਤਪਕ ਤਪਰ ਭਰ ਆਰਤੀ ਅਸ ਕਿਰਪਾਨ ਖੰਡੋ ਖੜਗ ਅਸ ਕਿਰਪਾਨ ਖੰਡੋ ਖੜਗ ਖੜਗ ਅਸ ਕਿਰਪਾਨ ਖੰਡੋ ਭਰ ਆਰਤੀ ਦਾਨੇ ਦਾਨੇ ਤੂੰ ਦਾਨੇ ਤਲ ਤੂੰ ਗਰਨਾ ਦਾਨੇ ਦਾਨੇ ਤੂੰ ਦਾਨੇ ਤਲ ਤੂੰ ਗਰਨਾ ਦਾਨੇ ਤੁਮ 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 ਦਾਨੇ ਤੁਮ
ਸਮਾਪਤੀ ਇਹਦੇ ਨਾਲ ਹੋਣੀ ਹੈ ਕਿਉਂਕਿ ਸਾਡੇ ਮਨਵੀਰ ਸਿੰਘ ਜੀ ਹੋਰ ਸੱਜਣ ਮਿੱਤਰ ਸਾਰੇ ਰਾਗੀ ਕੀਰਤਨੀ ਹੈ ਜੋ ਕਿ ਬੰਗੇ ਤੋਂ ਆਏ ਹਨ ਸਾਰੇ ਵੀਰ ਸਾਰੇ ਸੱਜਣ ਮਿੱਤਰ ਉਹਨਾਂ ਨੂੰ ਆ ਕੰਪੋਜੀਸ਼ਨ ਇਹ ਸ਼ਬਦ ਬੜਾ ਹੀ ਹਰਮਨ ਪਿਆਰਾ ਹੈ ਉਹ ਜਦੋਂ ਵੀ ਕੀਰਤਨ ਹੋਵੇ ਤਾਂ ਉਹ ਕਹਿੰਦੇ ਨੇ ਇਹ ਜ਼ਰੂਰ ਸ਼ਰਮਨ ਕਰਾਓ ਅਤੇ ਸ਼ਬਦ ਹੈ ਜੀ ਤੂੰ ਕੁੰਦਰੇ ਮੈਂ ਜੀ ਨਾਮਾ ਹੋ ਜੀ ਆਹਲਾ ਤੇ ਨਿਵਾਰਨਾ ਜਮ ਕਾਰਨਾ ਸ਼ਬਦ ਤੁਸੀਂ ਦੇਖੋਗੇ ਜਿਸ ਤਰ੍ਹਾਂ ਯਕ ਅਰਜ ਗੁਫਤਮ ਪੇਸ਼ ਉਹ ਫਾਰਸੀ ਸੀ ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਭਗਤ ਨਾਮਦੇਵ ਜੀ ਦਾ ਹੈ ਸ਼ਬਦ ਔਖਾ ਹੈ ਸੁਣਨ ਵਿੱਚ ਵੀ ਔਖਾ ਹੈ ਤਾਂ ਪੜ੍ਹਨ ਵਿੱਚ ਗਾਇਨ ਵਿੱਚ ਤਾਂ ਹੋਰ ਵੀ ਔਖਾ ਹੋਵੇਗਾ ਪਰ ਇਸ ਨੂੰ ਅਸੀਂ ਇਹ ਸੰਗੀਤਬੱਧ ਕੀਤਾ ਹੈ ਅਤੇ ਗਾਇਨ ਕੀਤਾ ਹੈ ਅਤੇ ਆਓ ਸਰਵਣ ਕਰੋ ਇਸ ਦਾ ਅੰਦਾਜ਼ ਕੀ ਹੈ ਰੰਗ ਮਾਹੌਲ ਕੀ ਹੈ ਅਤੇ ਆਓ ਬੜੇ ਪਿਆਰ ਨਾਲ ਇਸ ਸ਼ਬਦ ਤੋਂ ਬਾਅਦ ਫਿਰ ਸਮਾਪਤੀ ਕਰਦੇ ਹਾਂ ਜੀ ਅਤੇ ਫਿਰ ਨਦੀਆਂ ਨਾਮ ਸੰਯੋਗੀ ਮੇਲੇ ਹਾਂ ਫਿਰ ਇਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਨਾਮਦੇਵ ਜੀ ਖਿਆਲ ਪ੍ਰਗਟ ਕਰਦੇ ਕਿ ਪ੍ਰਭੂ ਦੇ ਦੁਆਰੇ ਤੇ ਜਦੋਂ ਮੈਂ ਗਿਆ ਜਾਂ ਜਦੋਂ ਮੈਂ ਜਾਵਾਂਗਾ ਮਨ ਵਿੱਚ ਤਰਕੀਬਾਂ ਕਿ ਕੀ ਕਵਾਂਗਾ ਅਤੇ ਭਗਤ ਨਾਮਦੇਵ ਜੀ ਆਖਦੇ ਰੱਬ ਦੇ ਦੁਆਰੇ ਭਗਤ ਨਾਮਦੇਵ ਜੀ ਨੂੰ ਅਕਸਰ ਦਰਸ਼ਨ ਹੁੰਦੇ ਰਹਿੰਦੇ ਸਨ
कदी रब जी ने आ जाना, कदी नामदेव जी ने चले जाना, रब दे घर जाना। जिसरा सो दर तेरा केहा, सो कर केहा, जित पै सर संभाले। गुरु नानक साहब सच्चे पातशाह जी, भगतां दा आउणा जाणा बणिया रहिंदा है रब दे घर। ते भगत नामदेव जी रब दे घर गए, ते अगों रब जी की कहिंदे हन, तू कौन रे? तो कहिंदा मैं जी। वह कहिंदे जी कौन? कोई नाम नहीं है? नामदेव जी नूं आखण लगे तू कौन रे? तो कहिंदा मैं जी। ते वह कहिंदे नाम की है? वह कहिंदा नाम मेरा नामा जी। तू कौन रे? मैं जी नामा। ते कहिंदे फिर की करना आया? कहिंदे जी आला ते निवारणा जम कारणा, भी जमा दी मार तो बड़ा डर लगता, ते आ बंद खलासी कट दो, जमा दी मार तो बचा लो, ते बस आ कुछ कहन आया हाँ। ते आ श्रवण करो जी, तू कौन रे? किदा रब जी किदा कहिंदे? ते नामदेव जी किदा कहिंदे? कि मैं जी नामा। तू कौन रे? मैं जी नामा। आप जी का भगत हनुमाना जा रे, मैं जी नामा रे, तू कौन रे? मैं जी नामा, तू कौन रे? मैं जी नामा, तू कौन रे? तू कौन रे? मैं जी नामा, तू कौन रे? मैं जी नामा, तू कौन रे? आला तेरे बारे ना बड़ी छेती निकल जांदियां हन। मैं देखदा कि कई बार स्क्रीन ते वो चंगी तरह नहीं आउंदिया ते पंक्ति मुक जांदी है, क्योंकि स्पीड ज्यादा है, कहण दी स्पीड ज्यादा है, क्योंकि वह लय दे तबले दे विच लियाउणा ना, तो जिनी देर वह पंक्ति तबले दे विच नहीं आउंदी ते असीं उत्थे असीं तां इह चीज़ देखणी तबले विच आ गई कि नहीं आ गई। वह तुहानूं समझ आवे भावें ना आवे, जां पढ़ी जावे भावें ना पढ़ी जावे, वो खोजी जावे भावें ना खोजिए, असी अपना काम करना है, इस वास्ते जरूरी है ये लय ताल दा काम। अगली पंक्ति देखो कितनी औखी है। ना चंती गोपी दल्ला नैया ते बैरे कल्ला, ना चंती गोपी दल्ला नैया ते बैरे कल्ला, तरकन जा भ्रमिया जा के सुआ बचौनी अय मैय एक आर जो तू पुन रे। मैं जी नामा हो जी पुन रे। पंक्ति है जी, पंक्ति आ है, ना चंती गोपी जना नैया ते बैरे कन्ना, तर्क न चा प्रमिया चा केसवा बचौनी अये मैये एक आन जियो। ये पंक्ति है जी, इस तरह पढ़िए तो फिर तो कली कली पंक्ति स्क्रीन पर देखते दे हो, तो यदा जो असी लैच पढ़ते हैं वह स्वाद कुछ होर है, जे असी इंज पढ़िए
ना चलती गोपी जना नैया ते भैरे कन्ना तरक नचा रमिया चा केसवा बचौने आइए मैये एक आन जियो ते पर हुण तुसी आ देखियो हुण जदी एदा पढ़ांगे अपनी अपनी आनंद च ना चंती गोपी जना नैया ते भैरे कन्ना ना चंती गोपी जना नैया ते भैरे कन्ना तरक नचा रमिया चा केसवा बचौने आइए मैये एक आन जियो तू कुल रे उपकले संसारा रम रम आए तुम चेहरा ਸਰਵਣ ਕਰੋ ਸਮਾਪਤੀ ਕਰੀਏ ਅਤੇ ਆਓ ਫਿਰ ਨਦੀਆਂ ਨਾਮ ਸੰਯੋਗੀ ਮੇਲੇ ਗੁਰਮਤ ਸਮਾਗਮ ਹੁੰਦੇ ਰਹਿਣਗੇ ਤੁਸੀਂ ਸਾਰਿਆਂ ਨੇ ਹਾਜ਼ਰੀਆਂ ਭਰਦੇ ਰਹਿਣਾ ਇੱਕ ਬੇਨਤੀ ਛੋਟੀ ਜਿਹੀ ਹੋਰ ਪ੍ਰਵਾਨ ਕਰ ਲਿਓ ਕਿ ਆਨੰਦ ਸਾਹਿਬ ਦਾ ਪਾਠ ਹੁੰਦੇ ਸਾਰੀ ਕਈਆਂ ਨੂੰ ਬਹੁਤੀ ਕਾਹਲੀ ਪੈ ਜਾਂਦੀ ਹੈ ਕਿ ਹੁਣ ਚੱਲੀਏ ਹੁਣ ਆਨੰਦ ਸਾਹਿਬ ਦਾ ਪਾਠ ਤਾਂ ਸ਼ੁਰੂ ਹੋ ਗਿਆ ਹੁਣ ਤਾਂ ਸਮਾਪਤੀ ਹੈ ਪਰ ਅਸੀਂ ਕਈ ਵਾਰੀ ਆਨੰਦ ਸਾਹਿਬ ਜੀ ਨੂੰ ਸਮਾਪਤੀ ਹੀ ਸਮਝ ਬੈਠੇ ਹਾਂ ਇਹ ਵੀ ਬਾਣੀ ਹੈ ਇਹ ਵੀ ਬਾਣੀ ਹੈ ਇਹਨੂੰ ਵੀ ਆਨੰਦ ਨਾਲ ਸੁਣੋ ਜਿੱਦਾਂ ਤੂੰ ਕੁੰਦਰੇ ਮੈਂ ਜੀ ਨਾਮਾ ਸੁਣਿਆ ਨਾ ਇੱਦਾਂ ਹੁਣ ਆਨੰਦ ਸਾਹਿਬ ਵੀ ਸੁਣੋ ਅਤੇ ਆਨੰਦ ਸਾਹਿਬ ਨੂੰ ਜੇ ਆਖੋ ਤਾਂ ਜਿੱਦਾਂ ਤੂੰ ਕੁੰਦਰੇ ਮੈਂ ਜੀ ਨਾਮਾ ਨੂੰ ਮਿੰਟ ਲਾਏ ਕੁਝ ਲਾਏ ਹੈ ਨਾ ਮਿੰਟ ਸੱਤ ਮਿੰਟ ਅੱਠ ਲਾ ਦਿੱਤੇ ਆ ਅਤੇ ਜੇ ਇਹਨੂੰ ਲਾ ਦਈਏ ਤਾਂ ਫਿਰ ਕੈਸੀ ਗੱਲ ਹੋਵੇਗੀ ਹੁਣ ਸਾਨੂੰ ਕਾਹਲੀ ਕੋਈ ਨਹੀਂ ਅਸੀਂ ਆਨੰਦ ਸਾਹਿਬ ਆਨੰਦ ਨਾਲ ਪੜ੍ਹ ਲਈਏ ਅਤੇ ਜੇ ਆਖੀਏ ਕਿ ਚਲੋ ਜੀ ਨਿਬੇੜੋ ਕੰਮ ਦੋ ਮਿੰਟਾਂ ਵਿੱਚ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ ਦੋ ਮਿੰਟਾਂ 'ਚ ਪਤਾ ਨਹੀਂ ਲੱਗਦਾ ਨਾ ਪੜ੍ਹਨ ਵਾਲਿਆਂ ਨੂੰ ਅਤੇ ਨਾ ਸੁਣਨ ਵਾਲਿਆਂ ਨੂੰ ਉਹ ਕਿਉਂਕਿ ਅਰਦਾਸ ਦੀ ਤਿਆਰੀ ਤੁਰੀ ਕਰਨ ਲੱਗ ਪੈਂਦੇ ਸਾਰੇ ਉਹ ਆਖਣ ਲੱਗੇ ਅਤੇ ਹੁਣ ਤਾਂ ਆਨੰਦ ਸਾਹਿਬ ਸ਼ੁਰੂ ਹੋ ਗਿਆ ਚਲੋ ਕਰੋ ਤਿਆਰੀ ਅਰਦਾਸ ਹੋਣੀ ਆ ਕੋਈ ਕੜਾਹ ਪ੍ਰਸ਼ਾਦ ਦੀ ਤਿਆਰੀ ਕਰਨ ਲੱਗ ਪੈਂਦਾ ਕੋਈ ਲੰਗਰਾਂ ਵੱਲ ਹੋ ਜਾਂਦਾ ਕੋਈ ਕਿਸੇ ਪਾਸੇ ਵਾਲਾ ਆਨੰਦ ਸਾਹਿਬ ਉੱਦਾਂ ਹੀ ਲੱਗ ਜਾਂਦਾ ਪਤਾ ਹੀ ਨਹੀਂ ਕਿਸੇ ਨੂੰ ਉਦੋਂ ਪਤਾ ਲੱਗਦਾ ਜਦੋਂ ਤੂੰ ਠਾਕਰ ਤੋਂ ਪੈਰ ਦਾਸ ਸ਼ੁਰੂ ਹੋ ਜਾਂਦਾ ਕਹਿੰਦੇ ਕਿੱਧਰ ਗਿਆ ਜੀ ਆਨੰਦ ਸਾਹਿਬ ਪਤਾ ਹੀ ਨਹੀਂ ਆਨੰਦ ਸਾਹਿਬ ਕਿੱਥੇ ਗਿਆ ਜੀ ਅਤੇ ਹੁਣ ਮੇਰੀ ਬੇਨਤੀ ਸਰਵਣ ਕਰਿਓ ਵੀ ਆਨੰਦ ਸਾਹਿਬ ਸੁਣੋ ਪਿਆਰ ਨਾਲ ਸੁਣੋ ਆਨੰਦ ਸਾਹਿਬ ਆਨੰਦ ਸਾਹਿਬ ਸੁਣੋਗੇ ਤਾਂ ਜ਼ਿੰਦਗੀ ਵਿੱਚ ਆਨੰਦ ਆ ਜਾਵੇਗਾ ਘਰਾਂ ਵਿੱਚ ਆਨੰਦ ਵਰਤ ਜਾਵੇਗਾ ਜੀ ਖੇੜਾ ਆ ਜਾਵੇ ਖੁਸ਼ੀਆਂ ਆ ਜਾਣਗੀਆਂ ਘਰਾਂ ਵਿੱਚ ਏਕਤਾ ਆ ਜਾਵੇਗੀ ਇਤਫਾਕ ਹੋ ਜਾਵੇਗਾ ਘਰਾਂ ਦੇ ਲੜਾਈਆਂ ਝਗੜੇ ਖਤਮ ਹੋ ਜਾਣਗੇ ਆਨੰਦ ਖੁਸ਼ੀਆਂ ਖੇੜੇ ਹੋ ਜਾਣਗੀਆਂ ਪੁੱਤਰਾਂ ਧੀਆਂ ਦੇ ਨਾਲ ਬਣ ਆਵੇਗੀ ਘਰ ਵਿੱਚ ਏਕਤਾ ਇਤਫਾਕ ਆਨੰਦ ਖੁਸ਼ੀਆਂ ਖੇੜੇ ਆਨੰਦ ਸਾਹਿਬ ਪਾਠ ਬਰਕਤ ਵਾਲਾ ਹੈ ਅਤੇ ਨਾਲੇ ਗੁਰੂ ਦੀ ਪ੍ਰਾਪਤੀ ਹੈ ਆਨੰਦ ਸਾਹਿਬ ਵਿੱਚ ਗੁਰੂ ਦੀ ਪ੍ਰਾਪਤੀ ਹੋਣੀ ਹੈ ਇਸ ਵਾਸਤੇ ਆਓ ਧਿਆਨ ਦਿਓ ਜੀ ਆਨੰਦ ਸਾਹਿਬ ਦਾ ਪਾਠ 5-7 ਮਿੰਟ ਲਾ ਲਈਏ ਤਾਂ ਫਿਰ ਅਰਦਾਸ ਵਿੱਚ ਸ਼ਾਮਿਲ ਹੋਇਓ ਹੁਕਮਨਾਮਾ ਤੋਂ ਸਾਰੀ ਸੰਗਤ ਗੁਰੂ ਸਾਹਿਬ ਜੀ ਨੂੰ ਵਿਦਾ ਕਰਕੇ ਤਾਂ ਫਿਰ ਲੰਗਰ ਛਕਿਓ ਅਤੇ ਫਿਰ ਘਰਾਂ ਨੂੰ ਜਾਇਓ ਅਸੀਂ ਵੀ ਤੁਹਾਡੇ ਨਾਲ ਬੈਠੇ ਹਾਂ ਰਾਗਿਆਂ ਨੂੰ ਕਾਹਲੀ ਹੋ ਜਾਂਦੀ ਕਈ ਵਾਰੀ ਆਪਣਾ ਕੀਰਤਨ ਕਰਕੇ ਫਟਾਫਟ ਚੱਲ ਪੈਂਦੇ ਹਨ ਪਰ ਮੈਂ ਤਾਂ ਇਹ ਬੇਨਤੀ ਕਰਦਾ ਨਾ ਕਿ ਜੇ ਤਾਂ ਅੱਗੇ ਜਾਣਾ ਹੈ ਕੀਰਤਨ ਹੈ ਰਾਗੀ ਸਿੰਘਾਂ ਦਾ ਤਾਂ ਫਿਰ ਤਾਂ ਚਲੇ ਜਾਓ ਤਾਂ ਜੇ ਨਹੀਂ ਤਾਂ ਫਿਰ ਸੁਣੋ ਆਨੰਦ ਸਾਹਿਬ ਅਤੇ ਸੁਣੋ ਅਰਦਾਸ ਸੁਣੋ ਹੁਕਮਨਾਮਾ ਅਤੇ ਗੁਰੂ ਸਾਹਿਬ ਨੂੰ ਵਿਦਾ ਤੁਸੀਂ ਵੀ ਕਰੋ ਰਾਗੀ ਵੀ ਕਰਨ ਇਹ ਨਾ ਹੋਵੇ ਵੀ ਰਾਗੀ ਭੱਜ ਜਾਣ ਅਤੇ ਤੁਹਾਨੂੰ ਕਹਿੰਦੇ ਰਹੀਏ ਵੀ ਅਰਦਾਸ ਸੁਣ ਕੇ ਜਾਇਓ ਜੀ ਗੁਰੂ ਸਾਹਿਬ ਨੂੰ ਵਿਦਾ ਕਰਕੇ ਜਾਇਓ ਜੀ ਅਤੇ ਆਪ ਅਸੀਂ ਭੱਜ ਜਾਈਏ ਦੌੜ ਜਾਈਏ ਚੁੱਕੋ ਗੱਡੀ 'ਤੇ ਚੱਲੀਏ ਜੀ ਘਰਾਂ ਨੂੰ ਪਰ ਨਹੀਂ ਇਹ ਪਹਿਰਾ ਦੇਣਾ ਪੈਣਾ ਜਿੱਥੇ ਤੁਹਾਨੂੰ ਅਸੀਂ ਕਹਿ ਰਹੇ 10-15 ਮਿੰਟ ਹੋਰ ਕੱਢੋ ਜੀ ਗੁਰੂ ਸਾਹਿਬ ਜੀ ਨੂੰ ਆਪਾਂ ਸੁਖਾਸਨ ਕਰਕੇ ਅਤੇ ਫਿਰ ਭੇਜ ਕੇ ਤਾਂ ਛੁੱਟੀਆਂ ਫਿਰ ਲੈਣੀਆਂ ਸਤਿਗੁਰ ਪਾਸੋਂ ਸੱਚੇ ਪਾਤਸ਼ਾਹ ਹੁਣ ਦਿਓ ਛੁੱਟੀਆਂ ਅਤੇ ਜੇ ਆਪੇ ਛੁੱਟੀਆਂ ਲੈ ਲਈਏ ਸਤਿਗੁਰਾਂ ਨੇ ਦਿੱਤੀਆਂ ਨਹੀਂ ਹੁੰਦੀਆਂ ਨਾ ਆਨੰਦ ਸਾਹਿਬ ਸੁਣਿਆ ਨਾ ਹੁਕਮਨਾਮਾ ਸੁਣਿਆ ਨਾ ਅਰਦਾਸ ਸੁਣੀ ਅਤੇ ਛੁੱਟੀ ਆਪੇ ਹੀ ਲੈ ਲਈ
ਸਤਿਗੁਰਾਂ ਨੇ ਦਿੱਤੀ ਨਹੀਂ। ਸਤਿਗੁਰੂ ਕਹਿੰਦੇ ਅਜੇ ਬਹਿ ਜਾ, ਕਹਿੰਦੇ ਨਹੀਂ ਮੈਂ ਜਾਣਾ, ਮੈਨੂੰ ਤਾਂ ਮੇਰਾ ਟਾਈਮ ਹੋ ਗਿਆ, ਕਾਹਲੀ ਹੋ ਗਈ। ਅਤੇ ਗੁਰੂ ਸਾਹਿਬ ਦੇ ਕੋਲ ਛੁੱਟੀਆਂ ਤਾਂ ਮਿਲਦੀਆਂ ਜੀ ਜਦੋਂ ਅਸੀਂ ਅਰਦਾਸ ਦੇ ਵਿੱਚ ਸ਼ਾਮਿਲ ਹੋਈਏ, ਆਪਣੀਆਂ ਬੇਨਤੀਆਂ ਕਰੀਏ, ਸਤਿਗੁਰੂ ਪਾਤਸ਼ਾਹ ਸਾਨੂੰ ਆਹ ਚਾਹੀਦਾ, ਸਾਨੂੰ ਸਿਹਤ ਜਾਬੀ ਚਾਹੀਦੀ, ਸਾਨੂੰ ਤੰਦਰੁਸਤੀ ਦਿਓ, ਕਿਸੇ ਨੂੰ ਕੋਈ ਬਿਮਾਰੀ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਸਾਰਾ ਕੁਝ ਮੰਗੋ, ਅਰਦਾਸ ਵਿੱਚ ਮਿਲਣਾ ਹੈ ਨਾ। ਅਤੇ ਅਰਦਾਸ ਤਾਂ ਕੀਤੀ ਨਹੀਂ ਅਤੇ ਤੁਰ ਪਈਏ, ਅਤੇ ਫਿਰ ਅਰਦਾਸ ਤਾਂ ਕਰਨੀ ਹੈ ਨਾ ਗੁਰੂ ਦੇ ਸਨਮੁਖ। ਇਸ ਵਾਸਤੇ ਆਓ ਜੀ ਬੜੇ ਪਿਆਰ ਨਾਲ ਸ਼ਰਮ ਕਰੋ। ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਬਦ ਗਾਵ
ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੇ ਜਿਨੀ ਨਾਮ ਤੇ ਆਇਆ ਗਏ ਸਕਦਾ ਨਾਨਕ ਤਨ ਪੁਜਲੇ ਕੀਤੀ ਛੁੱਟੀ ਨਾ ਕੀਤੀ ਛੁੱਟੀ ਫਤਿਹ।